ਸਸ ਸੱਤ ਗਾਲ ਦੋਸਤੋ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਤੁਹਾਡੇ ਲਈ ਪੰਜਾਬ ਜੰਗਲਾਤ ਵਿਭਾਗ ਦੇ ਵਿੱਚ ਵੈਕੈਂਸੀ ਜਿਹੜੀਆਂ ਨੇ ਉਹ ਜਾਰੀ ਕਰ ਦਿੱਤੀਆਂ ਗਈਆਂ ਨੇ ਜੀ ਇਸ ਦੇ ਵਿੱਚ ਪੂਰਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਕਿੱਦਾਂ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਸੋ ਪੂਰੀ ਇਨਫੋਰਮੇਸ਼ਨ ਦਵਾਂਗਾ ਔਰ ਕਾਫੀ ਸਾਰੇ ਕੈਂਡੀਡੇਟ ਦੇ ਜਿਹੜੇ ਸਾਨੂੰ ਕਮੈਂਟਸ ਵੀ ਆ ਰਹੇ ਸੀਗੇ ਕਿ 10th 12th ਦੇ ਗ੍ਰੈਜੂਏਸ਼ਨ ਵਾਲੇ ਕੀ इजीली ਅਪਲਾਈ ਕਰ ਪਾਣਗੇ ਪੂਰੀ ਇਨਫੋਰਮੇਸ਼ਨ ਤੁਹਾਨੂੰ ਮੈਂ ਇਸ ਵੀਡੀਓ ਚ ਦੇਣ ਜਾ ਰਿਹਾ ਹਾਂ ਜੀ ਸੋ ਹਰ ਇੱਕ ਐਸਪੈਕਟ ਅਸੀਂ ਜਿਹੜੇ ਜੀ ਉਹ ਡਿਸਕਸ ਕਰਾਂਗੇ ਇਸ ਵੀਡੀਓ ਚ ਸੋ ਵੀਡੀਓ ਨੂੰ ਪੂਰਾ ਦੇਖਦੇ ਹੋਏ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਔਰ ਵੀ ਮਿਲਦੇ ਰਹਿੰਦੇ ਰਹਿੰਦੇ ਤੁਸੀਂ ਇਹਦੇ ਲਈ ਵੀ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰੀਏ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਜੀ ਡੇਲੀ ਬੇਸਿਸ ਤੇ ਆਊਟ ਹੋ ਰਹੀਆਂ ਨੇ ਜਿੱਦਾਂ ਕਿ ਤੁਹਾਨੂੰ ਪਤਾ ਹੈ ਸਰਕਾਰ ਨੇ ਇਸ ਮਹੀਨੇ ਦੇ 26000 ਵੈਕੈਂਸੀਜ਼ ਨੂੰ ਪੂਰਾ ਕਰਨ ਦਾ ਜਿਹੜਾ ਹੈ ਜੀ ਉਹ ਟੀਚਾ ਲਿੱਤਾ ਹੈ ਸੋ ਤੁਸੀਂ ਸਾਰੇ ਹੀ ਅਪਡੇਟ ਜਿਹੜੇ ਨੇ ਉਹ ਚੈੱਕ ਕਰ ਸਕਦੇ ਹੋ ਸਾਡੀ ਵੈਬਸਾਈਟ ਤੋਂ ਅਸੀਂ ਵੈਬਸਾਈਟ ਤੇ ਸਾਰੇ ਅਪਡੇਟ ਪਾਨੇ ਆ ਜੋ ਕਿ meetacademy.xyz ਹੈ ਤੁਹਾਨੂੰ ਫਸਟ ਨੰਬਰ ਤੇ ਮਿਲ ਜਾਂਦੀ ਹੈ ਜੀ ਤੁਸੀਂ ਅਗਰ ਗੂਗਲ 'ਚ ਟਾਈਪ ਕਰੋਗੇ ਤਾਂ ਉਥੋਂ ਸਾਰੇ ਜੋਬ ਰਿਲੇਟਡ ਅਪਡੇਟ ਵੀ ਤੁਹਾਨੂੰ ਮਿਲਦੇ ਨੇ ਸੋ ਚੈੱਕ ਕਰਕੇ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਚਲ ਅਪਡੇਟ ਤੇ ਲੇਕਿਨ ਤੁਸੀਂ ਕਿਸੇ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਹੇ ਹੋ ਉਹਦੇ ਲਈ ਬੈਸਟ ਸਟਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਡਾਊਨਲੋਡ ਕਰਕੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਉਹ ਪੱਕੀ ਕਰ ਸਕਦੇ ਹੋ ਤੇ ਚਲੋ ਲੈ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ ਉੱਥੇ ਜਾ ਕੇ ਬਾਕੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸੋ ਸਹੀ ਆ ਚੁੱਕੇ ਹੈ ਜੀ ਅਫੀਸ਼ੀਅਲ ਨੋਟੀਫਿਕੇਸ਼ਨ ਤੇ ਜੋ ਕਿ ਅਦੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਜਿਹੜਾ ਹੈ ਜੀ ਉਹ ਜਾਰੀ ਕੀਤਾ ਗਿਆ ਹੈ 1 ਪਾਵਰ ਸੈਕਟਰ 68 ਐਸ ਐਸ ਨਗਰ ਮੁਹਾਲੀ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਹੈ ਜੋ ਕਿ ਇਸ਼ਤਿਹਾਰ ਨੰਬਰ 07/2022 ਜਿਹੜਾ ਜੀ ਉਹ ਹੈਗਾ ਇਸ ਦੇ ਵਿੱਚ ਅਗਰ ਗੱਲ ਕਰੀਏ ਉਪਰ ਇੰਜਰ ਦੀਆਂ ਦੋ ਪੋਸਟਾਂ ਫੋਰੇਸਟਰ ਦੀਆਂ 2 ਤੇ ਵਨ ਗਾਰਡ ਦੀਆਂ 200 ਅਸਾਮੀਆਂ ਦੀ ਸਿੱਧੀ ਭਰਤੀ ਜਿਹੜੀ ਹੈ ਜੀ ਉਹਨਾਂ ਨੇ ਕਰ ਲਈ ਹੈ ਜੋ ਕਿ ਟ੍ਰਿਪਲ ਐਸਬੀ ਬੋਰਡ ਵੱਲੋਂ ਇਹ ਨੋਟੀਫਿ ਜਿਹੜੀ ਭਰਤੀ ਦਾ ਬਾਕੀ ਪ੍ਰੋਸੈਸ ਹੈ ਉਹ ਕੰਪਲੀਟ ਕੀਤਾ ਜਾਵੇਗਾ ਸੋ ਇਹਨਾਂ ਦੀ ਵੈਬਸਾਈਟ ਤੇ 19/5/2022 ਤੋਂ ਆਨਲਾਈਨ ਐਪਲੀਕੇਸ਼ਨ ਜਿਹੜੀਆਂ ਨੇ ਇਸ ਦੇ ਲਈ ਜਿਹੜੀਆਂ ਨੇ ਸਟਾਰਟ ਹੋ ਜਾਣਗੀਆਂ ਸੋ ਉਹਨਾਂ ਨੇ ਫੁੱਲ ਸਕੇ ਨੋਟੀਫਿਕੇਸ਼ਨ ਵੈਬਸਾਈਟ ਤੇ ਜਾਰੀ ਨਹੀਂ ਕੀਤਾ ਲੇਕਿਨ ਜਿਹੜਾ ਸ਼ਾਰਟ ਨੋਟੀਫਿਕੇਸ਼ਨ ਹੁੰਦਾ ਹੈ ਜੀ ਉਹ ਜਾਰੀ ਹੋ ਚੁੱਕਾ ਹੈ ਇਸ ਦੇ ਰਿਲੇਟਡ ਅਗਰ ਅਸੀਂ ਗੱਲ ਕਰਦੇ ਹਾਂ ਕੁਆਲੀਫਿਕੇਸ਼ਨ ਦੀ ਜਾਂ ਫਿਰ ਬਾਕੀ ਡਿਟੇਲਸ ਦੀ ਯਾਨੀ ਪੰਜਾਬ ਜਾਂ ਅਦਰ ਸਟੇਟਸ ਦੇ ਵਿੱਚ ਵੈਸੇ 10th 12th ਵਾਲੇ ਕੈਂਡੀਡੇਟ ਔਰ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਐਲੀਜੀਬਲ ਹੁੰਦੇ ਨੇ ਲੇਕਿਨ ਪੰਜਾਬ ਦੀ ਅਗਰ ਆਪਾਂ ਗੱਲ ਕਰੀਏ ਤਾਂ ਮਿਨੀਮਮ ਕੈਟੇਗਰੀ ਜਿਹੜੀ ਹੈ ਜ 12th ਔਰ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਹੋ ਸਕਦੇ ਨੇ ਅਪਲਾਈ ਕਰਪਨ ਕਿਉਂਕਿ ਪ੍ਰੀਵੀਅਸ ਜਿਹੜੀਆਂ ਭਰਤੀਆਂ ਹੋਈਆਂ ਨੇ 12th ਗ੍ਰੈਜੂਏਸ਼ਨ ਦੇ ਬੇਸਿਸ ਤੇ ਹੀ ਹੋਈਆਂ ਨੇ ਸੋ ਬਾਕੀ ਜਿਹੜਾ ਫੁੱਲ ਫਲੈਜ ਨੋਟੀਫਿਕੇਸ਼ਨ ਆਵੇਗਾ ਉਸ ਦੇ ਅਕੋਰਡਿੰਗਲੀ ਤੁਹਾਨੂੰ ਪਤਾ ਲੱਗ ਹੀ ਜਾਵੇਗਾ ਔਰ ਰੈਂਜਰ ਦੀਆਂ ਔਰ ਫੋਰੇਸਟਰ ਦੀਆਂ ਵੈਕੈਂਸੀਜ਼ ਦੇ ਲਈ ਗ੍ਰੈਜੂਏਸ਼ਨ ਕੈਂਡੀਡੇਟ ਜਿਹੜੇ ਨੇ ਉਹ ਐਲੀਜੀਬਲ ਹੋ ਸਕਦੇ ਨੇ ਸੋ ਨੋਟੀਫਿਕੇਸ਼ਨ ਰਿਲੀਜ਼ ਜਿਹੜਾ ਹੈ ਜੀ ਆਫੀਸ਼ੀਅਲ ਜਿਹੜਾ ਉਹ 19th ਨੂੰ ਹੋ ਜਾਏਗਾ ਸੋ ਅਪਡੇਟ ਤੁਹਾਨੂੰ ਮਿਲੀ ਜਾਏਗਾ ਕੌਣ ਕੌਣ ਕੈਂਡੀਡੇਟਸ ਦੇ ਲਈ ਐਲੀਜੀਬਲ ਹੋਣਗੇ ਸੋ ਮੈਂ ਤੁਹਾਨੂੰ ਇਹਦੇ ਲਈ ਅਪਲਾਈ ਕਰਕੇ ਵੀ ਦਿਖਾਵਾਂਗਾ ਪੂਰਾ ਪ੍ਰੋਸੈਸ ਵੀ ਐਕਸਪਲੇਨ ਬਹੁਤ ਜ਼ਰੂਰੀ ਹੋਏਗਾ ਕਿ ਕਿਦਾਂ ਅਪਲਾਈ ਕਰਨਾ ਉਹਨਾਂ ਨੂੰ ਪੂਰੀ ਡਿਟੇਲ ਪਤਾ ਲੱਗ ਸਕੇ ਤਾਂ ਮੈਂ ਤੁਹਾਨੂੰ ਜਿਹੜਾ ਹੈ ਜੀ ਔਨ ਸਕਰੀਨ ਮਤਲਬ ਪੀਸੀ ਦੇ ਉੱਪਰ ਵੀ ਅਪਲਾਈ ਕਰਕੇ ਦੱਸਾਂਗਾ ਤੇ ਮੋਬਾਈਲ ਦੇ ਵਿੱਚ ਵੀ ਤਾਂਕਿ ਜਿਹੜੇ ਮੋਬਾਈਲ 'ਚ ਅਪਲਾਈ ਕਰਨਾ ਚਾਹੁੰਦੇ ਨੇ ਮੋਬਾਈਲ 'ਚ ਕਰ ਸਕਣ ਤੇ ਪੀਸੀ 'ਚ ਕਰਨ ਵਾਲੇ ਪੀਸੀ ਤੋਂ ਅਪਲਾਈ ਕਰបាន ਸੋ ਪੂਰੀ ਡਿਟੇਲਸ ਤੁਹਾਨੂੰ ਜਿਹੜੀ ਹੈ ਜੀ ਮੈਂ ਡਿਟੇਲ ਵਿੱਚ ਦਵਾਂਗਾ ਸੋ ਜ਼ਰੂਰ ਚੈੱਕ ਕਰਕੇ ਤੁਸੀਂ ਅਪਲਾਈ ਕਰ ਲੈਣਾ ਅਪਡੇਟਸ ਸਾਰੇ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ ਚਾਹੇ ਕੋਈ ਛੋਟੇ ਤੋਂ ਛੋਟਾ ਹੈ ਵੱਡੇ ਤੋਂ ਵੱਡਾ ਕੋਈ ਵੀ ਅਪਡੇਟ ਹੋਵੇ ਪੰਜਾਬ ਦੇ ਵਿੱਚ